ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂ ਐਸ ਏ ਟੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਮੈਂ ਹਾਂ ਸੰਜੀਵ ਯਸ਼ ਖੰਨਾ ਮੇਰੇ ਨਾਲ ਨੇ ਜਤਿੰਦਰ ਖੈਰਾ ਸੋ ਖੈਰਾ ਜੀ ਅੱਜ ਬੜੇ ਖਾਮੋਸ਼ ਬੜੇ ਗੰਭੀਰ ਕੋਈ ਖਾਸ ਗੱਲ ਨਹੀਂ ਖਾਸ ਗੱਲ ਤਾਂ ਨਹੀਂ ਹੈ ਮੇਰੀ ਸਿਹਤ ਥੋੜ੍ਹੀ ਠੀਕ ਨਹੀਂ ਹੈਗੀ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਗੰਭੀਰ ਲੱਗ ਰਿਹਾ ਹੋਊਗਾ ਮੈਂ ਅਦਰਵਾਈਜ਼ ਗੰਭੀਰ ਇਸ ਕਰਕੇ ਕਿ ਜੋ ਐਨਕਾਊਂਟਰ ਚੱਲ ਰਿਹਾ ਉਹਨੂੰ ਲੈ ਕੇ ਵੀ ਮੈਂ ਅਪਡੇਟ ਲੈ ਰਿਹਾ ਸੀਗਾ ਕਿ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਕਿਸ ਤਰੀਕੇ ਦੇ ਨਾਲ ਆ ਬਹੁਤ ਸਾਰੇ ਫੈਕਟਸ ਜਿਹੜੇ ਨੇ ਉਹ ਕੰਮ ਕਰਨਾ ਸ਼ੁਰੂ ਹੋ ਗਏ ਅਸੀਂ ਕਹਿੰਦੇ ਹਾਂ ਕਿ ਬੜਾ ਲੰਮਾ ਸਮਾਂ ਹੋ ਗਿਆ ਸਿੱਧੂ ਮੂਸੇਵਾਲੇ ਦੀ ਜਿਹੜਾ ਉਹਨਾਂ ਦਾ ਕਤਲ ਹੋਇਆ ਉਹ ਤੋਂ ਲੈ ਕੇ ਹੁਣ ਤੱਕ ਜਿਹੜੇ ਆ ਬੜੀਆਂ ਸਾਰੀਆਂ ਡਿਵੈਲਪਮੈਂਟਸ ਆ ਗਈਆਂ ਪਰ ਇਹ ਡਿਵੈਲਪਮੈਂਟਸ ਇੱਦਾਂ ਦੀਆਂ ਨੇ ਪਤਾ ਹੀ ਨਹੀਂ ਲੱਗਦਾ ਕਿ ਦੋਸ਼ੀ ਕੌਣ ਆ ਫੜਨਾ ਕਿਹਨੂੰ ਆ ਕਿੱਦਾਂ ਫੜਿਆ ਹਥਿਆਰ ਕੇ ਅਤੇ ਤੁਸੀਂ ਕਿਹਨੇ ਕਰਾਏ ਕਿਉਂਕਿ ਐਡੇ ਬੰਦੇ ਆ ਗਏ ਕਲੈਰਿਟੀ ਜਿਹੜੀ ਆ ਟਰਾਂਸਪੇਰੈਂਸੀ ਜਿਹੜੀ ਸੀਗੀ ਉਹ ਆਉਣੀ ਆਉਣੀ ਬੰਦ ਹੋ ਗਈ ਅੱਜ ਫਿਰ ਮਾਮਲਾ ਧੂਲ ਫਟ ਗਿਆ 10 ਕਿਲੋਮੀਟਰ ਉਰੇ ਆ ਜੀ ਇਹ ਅੰਮ੍ਰਿਤਸਰ ਤੋਂ ਵਾਹਗਾ ਦਾ ਬਾਰਡਰ ਆ ਉਹ ਤੋਂ 10 ਕਿਲੋਮੀਟਰ ਆ ਪਿੰਡ ਹੁਸ਼ਿਆਰ ਕਰਕੇ ਆ ਕੁਛ ਉੱਥੇ ਜਿਹੜੇ ਆ ਮਨਪ੍ਰੀਤ ਮੰਨਾ ਜਗਰੂਪ ਰੂਪਾ ਇੱਕ ਹੋਰ ਬੰਦਾ ਆ ਉੱਥੇ ਟਿਪ ਮਿਲਿਆ ਜਿਹੜਾ ਪੰਜਾਬ ਪੁਲਿਸ ਨੂੰ ਕਿ ਬਈ ਉੱਥੇ ਬੰਦੇ ਹੈਗੇ ਇਹ ਫਿਰ ਕੀ ਹੋਇਆ ਪਹੁੰਚੀ ਆ ਅਤੇ ਇਹ ਉੱਥੇ ਇਨਕਾਊਂਟਰ ਮਤਲਬ ਇਹਨਾਂ ਦੇ ਵਿੱਚ ਆਪਸੀ ਫਾਇਰਿੰਗ ਹੁੰਦੀ ਆ ਮਤਲਬ ਦੋਹਾਂ ਧਿਰਾਂ ਦੇ ਵਿੱਚ ਫਾਇਰਿੰਗ ਹੁੰਦੀ ਆ ਤੁਸੀਂ ਦੇਖੋ ਕਿ AK-47 ਹਾਲੇ ਵੀ ਉਹਨਾਂ ਕੋਲ ਆ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ ਆ ਹਾਲਾਂਕਿ ਇੱਕ ਗੈਂਗਸਟਰ ਦੀ ਮੌਤ ਹੋ ਗਈ ਆ ਨਾਮ ਹਾਲੇ ਤੱਕ ਰਿਵੀਲ ਨਹੀਂ ਆਇਆ ਜਾਂ ਉੱਤੇ ਕਲੈਰਿਟੀ ਨਹੀਂ ਹੈਗੀ ਕੌਣ ਕਿਹਦੀ ਮੌਤ ਹੋਈ ਆ ਜੇ ਸਾਨੂੰ ਇਨ ਬਿਟਵੀਨ ਪਤਾ ਲੱਗ ਜਾਂਦਾ ਹੈ ਸ਼ੋਅ ਚੱਲਦੇ ਤਾਂ ਅਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਬਿਲਕੁਲ ਪਤਾ ਤਾਂ ਉਦੋਂ ਲੱਗੂਗਾ ਨਾ ਜਦੋਂ ਬਾਡੀ ਰਿਕਵਰ ਹੋਏਗੀ ਫਿਲਹਾਲ ਤਾਂ ਬਾਡੀ ਉੱਥੇ ਹੀ ਹੋਣੀ ਹੈ ਜਿੱਥੇ ਇਨਕਾਊਂਟਰ ਕਰ ਚੱਲਦਾ ਰਿਕਵਰ ਵੀ ਹੋ ਗਈ ਕਿਉਂਕਿ ਜਦੋਂ ਇਨਕਾਊਂਟਰ ਚੱਲਦਾ ਹੋਵੇ ਨਾ ਫਿਰ ਐਡੀ ਛੇਤੀ ਖਬਰਾਂ ਬਾਹਰ ਨਹੀਂ ਆਉਂਦੀਆਂ ਹਾਲਾਂਕਿ ਅਸੀਂ ਪੱਛਮੀ ਦੇਸ਼ਾਂ ਦੇ ਨਾਲੋਂ ਕਿਤੇ ਇਹਦੇ ਵਿੱਚ ਅੱਗੇ ਹਾਂ ਉੱਥੇ ਤਾਂ ਕੋਈ ਆਪ ਵੀ ਸੂਸਾਈਡ ਕਰ ਲਵੇ ਨਾ ਉਹ ਦੂਏ ਦੀ ਦਿਨ ਪਤਾ ਲੱਗਦਾ ਵੀ ਕੌਣ ਬੰਦਾ ਸੀ ਆਈਡੈਂਟੀ ਰਿਵੀਲ ਨਹੀਂ ਹੁੰਦੀ ਇੱਥੇ ਬਹੁਤ ਜਿੱਦੀ ਆਈਡੈਂਟੀ ਰਿਵੀਲ ਹੋ ਜਾਂਦੀ ਹੈ ਪਰ ਚਲੋ ਇਦਾਂ ਦੇ ਕੰਮ ਦੇ ਵਿੱਚ ਫਿਰ ਵੀ ਟਾਈਮ ਲੱਗਦਾ ਹੈ ਕਿਉਂਕਿ ਹਰ ਕੋਈ ਜਿਹੜਾ ਆ ਨਾ ਉਹ ਸਟੀਕ ਜਾਣਕਾਰੀ ਦੇ ਉੱਤੇ ਅਸੀਂ ਵੀ ਸਟੀਕ ਜਾਣਕਾਰੀ ਦੀ ਜਿਹੜੀ ਭਾਲ ਕਰ ਰਹੇ ਹਾਂ ਵੀ ਸਾਨੂੰ ਪਤਾ ਲੱਗ ਜਾਵੇ ਕਿ ਕੌਣ ਬੰਦਾ ਆ ਕਿੱਦਾਂ ਹੋਇਆ ਕਿਹਨੇ ਕੀਤਾ ਆ ਜਾਂ ਕਿ ਕਿਹਦਾ ਜਿਹੜਾ ਆ ਉਹ ਹਲਾਕ ਹੋ ਗਿਆ ਆ ਉਹ ਪਤਾ ਲੱਗ ਜਾਵੇ ਸਾਨੂੰ ਨਾ ਪਰ ਪਤਾ ਦੇਖੋ ਗੱਲ ਇਹ ਹੈ ਕਿ ਅਸੀਂ ਸਾਰੇ ਉਲਝੇ ਹੋਏ ਹਾਂ ਇਸ ਮਾਮਲੇ ਦੇ ਵਿੱਚ ਬਹੁਤ ਪਹਿਲਾਂ ਤੋਂ ਹੀ ਉਲਝੇ ਹੋਏ ਹਾਂ ਔਰ ਨਿਤ ਨਵੀਆਂ ਡਿਵੈਲਪਮੈਂਟਸ ਆ ਰਹੀਆਂ ਨੇ ਇਸ ਕਰਕੇ ਵਾਕਈ ਕੋਈ ਕਲੈਰਿਟੀ ਨਹੀਂ ਹੈ ਔਰ ਮੇਰਾ ਖਿਆਲ ਹੈ ਕਿ ਪਬਲਿਕ ਨੂੰ ਆਖਰੀ ਵਕਤ ਤੱਕ ਵੀ ਨਹੀਂ ਪਤਾ ਲੱਗਣਾ ਅਸਲ 'ਚ ਗੱਲ ਕੀ ਸੀ ਜੀ ਜੋ ਸਾਨੂੰ ਏਜੰਸੀਜ਼ ਦੱਸ ਦੇਣਗੀਆਂ ਕਿ ਆਹ ਹੋਇਆ ਇਸ ਬੰਦੇ ਨੇ ਇਸ ਨੂੰ ਕਤਲ ਕੀਤਾ ਇਸ ਬੰਦੇ ਨੇ ਇਹਨੂੰ ਫਿਰੌਤੀ ਦਿੱਤੀ ਇਸ ਬੰਦੇ ਨੇ ਇਹਨੂੰ ਪੈਸਾ ਪਹੁੰਚਾਇਆ ਇਹ ਬੰਦਾ ਇੱਥੇ ਸੀ ਇਹ ਬੰਦਾ ਉੱਥੇ ਸੀ ਇਹ ਕਹਾਣੀ ਜਦੋਂ ਸਾਡੇ ਸਾਹਮਣੇ ਆ ਜਾਏਗੀ ਹੁਣ ਸਾਨੂੰ ਨਹੀਂ ਪਤਾ ਉਹ ਕਿੰਨੀ ਕੁ ਅਥੈਂਟਿਕ ਹੋਏਗੀ ਕਿੰਨੀ ਉਹ ਸਹੀ ਹੋਏਗੀ ਜਾਂ ਉਹਦੇ 'ਚ ਕੀ ਚੀਜ਼ ਇਨਪੁੱਟਸ ਆਊਟਪੁੱਟਸ ਹੋਣਗੇ ਕੁਝ ਨਹੀਂ ਪਤਾ ਸਾਨੂੰ ਉਨਾ ਹੀ ਪਤਾ ਜਿਹੜਾ ਸਾਨੂੰ ਕੋਲ ਆਉਂਦਾ ਹੈ ਬਾਕੀ ਜਿਹੜਾ ਇਨਕਾਊਂਟਰ ਦੀ ਗੱਲ ਹਾਂ ਤੁਸੀਂ ਕੁਝ ਕਹਿ ਰਹੇ ਹੋ ਜੀ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਇਨਕਾਊਂਟਰ ਤੇ ਚੱਲ ਰਿਹਾ ਸੰਜੀਵ ਜੀ ਇਨਕਾਊਂਟਰ ਤੇ ਚੱਲ ਰਿਹਾ ਇਹਦੇ ਵਿੱਚ ਹਲੇ ਸਿਰਫ ਸਾਨੂੰ ਦੋ ਗੈਂਗਸਟਰਸ ਦਾ ਪਤਾ ਕਿਉਂਕਿ ਤਿੰਨ ਉਹ ਕਹਿੰਦੇ ਜੀ ਤਿੰਨ ਗੈਂਗਸਟਰ ਆ ਮਨਪ੍ਰੀਤ ਮੰਨਾ ਤੇ ਜਗਰੂਪ ਰੂਪਾ ਦਾ ਸਾਨੂੰ ਪਤਾ ਕਿ ਉਹ ਹੈਗੇ ਤੀਸਰੇ ਦੀ ਪਛਾਣ ਵੀ ਨਹੀਂ ਹੈਗੀ ਕਿ ਕੌਣ ਆ ਇਹ ਨਾਲ ਹੀ ਨਾਲ ਹੁਣ ਜਿਹੜਾ ਜਿਹਦੇ ਗੋਲੀਆਂ ਲੱਗੀਆਂ ਜਿਹਨੂੰ ਜਿਹੜਾ ਕਹਿੰਦੇ ਕਿ ਜਿਹਦੀ ਡੈਥ ਹੋ ਗਈ ਆ ਉਹਦਾ ਵੀ ਨਹੀਂ ਪਤਾ ਵੀ ਉਹ ਕੌਣ ਆ ਸੋ ਇੱਕ ਨਵਾਂ ਪੁਆਇੰਟ ਹੈ ਇੱਕ ਨਵਾਂ ਸਿਰਜਣ ਪੁਆਇੰਟ ਹੈ ਇਹਦੇ ਵਿੱਚ ਕੀ ਪਤਾ ਉਹ ਇਨਵੋਲਵ ਸੀ ਜਾਂ ਫਿਰ ਉਹਨਾਂ ਦੋਨਾਂ ਨੂੰ ਕਿਤੇ ਨਾ ਕਿਤੇ ਲੈ ਕੇ ਜਾ ਰਿਹਾ ਸੀਗਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਸਕਦੀ ਆ ਹਾਲਾਂਕਿ ਜਵਾਬੀ ਕਾਰਵਾਈ ਆ ਦੋਹਾਂ ਧਿਰਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਦੋਂ ਇਨਕਾਊਂਟਰ ਹੁੰਦਾ ਓਬਵੀਅਸ ਹੈ ਕਿ ਫਿਰ ਦੋਹੇ ਧਿਰਾਂ ਦੇ ਵਿੱਚ ਚੱਲਦਾ ਆ ਇਹਦੇ ਵਿੱਚ ਸਾਡੇ 3 ਪੁਲਿਸ ਵਾਲੇ ਵੀ ਘਾਇਲ ਹੋਏ ਨੇ ਅਤੇ ਹੁਣਲੇ ਹੱਲੇ ਤੱਕ ਚੱਲ ਰਹੀ ਹੈ ਮੁਹਿੰਮ ਦੇਖਦੇ ਕੀ ਨਿਕਲ ਕੇ ਆਉਂਦਾ ਦੇਖੋ ਗੱਲ ਤਾਂ ਇਹੀ ਹੈ ਜਾਂ ਤਾਂ ਉਹ ਅਰੈਸਟ ਹੋਣਗੇ ਜਾਂ ਜੋ ਇੱਕ ਮਾਰਿਆ ਗਿਆ ਅਤੇ ਬਾਕੀ ਦੋ ਵੀ ਮਾਰੇ ਜਾਣਗੇ ਇਨਕਾਊਂਟਰ ਦਾ ਤਾਂ ਰਿਜ਼ਲਟ ਇਹੀ ਹੋਏਗਾ ਜਾਂ ਤਾਂ ਹੱਥ ਖੜੇ ਕਰਕੇ ਬਾਹਰ ਆਉਣਗੇ ਕਿਉਂਕਿ 3 ਬੰਦੇ ਨੇ ਇੱਕ ਜਾ ਚੁੱਕਾ 2 ਰਹਿ ਗਏ ਨੇ ਕਿੰਨੀ ਕੁ ਦੇਰ ਟਿਕਣਗੇ ਪੁਲਿਸ ਦੇ ਸਾਹਮਣੇ ਕਿਉਂਕਿ ਪੁਲਿਸ ਤਾਂ ਪੂਰੀ ਨਫਰੀ ਆ ਔਰ ਮਾਡਰਨ ਹਥਿਆਰ ਨੇ ਔਰ ਪੁਲਿਸ ਕੋਲ ਹੋਰ ਵੀ ਬੜੇ ਆਲਟਰਨੇਟਿਵਸ ਨੇ ਠੀਕ ਹੈ ਨਾ ਹੋਰ ਸਪੈਸ਼ਲ ਕਮਾਂਡੋਜ਼ ਆ ਸਕਦੇ ਨੇ ਕਾਰਵਾਈ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਕੁਝ ਹੋ ਸਕਦਾ ਅਲਟੀਮੇਟਲੀ ਤਾਂ ਉਹਨਾਂ ਨੇ ਹਾਰਨਾ ਹੀ ਹੈ ਤਾਂ ਸਾਨੂੰ ਸਭ ਨੂੰ ਪਤਾ ਜਿੰਨੇ ਤੱਕ ਉਹ ਇਨਕਾਊਂਟਰ ਕਰਦੇ ਪਏ ਨੇ ਜਦੋਂ ਤੱਕ ਦਮ ਹੈਗਾ ਲੜਦੇ ਪਏ ਨੇ ਐਂਡ ਜਾ ਕੇ ਉਹਨਾਂ ਨੇ ਹਾਰਨਾ ਹੀ ਹੈ ਸੋ ਇਹਦੇ ਨਾਲ ਅਸੀਂ ਕਿਸ ਰਿਜ਼ਲਟ 'ਤੇ ਪਹੁੰਚਦੇ ਜਿੱਥੋਂ ਤੱਕ ਕਾਤਲਾਂ ਦਾ ਸਵਾਲ ਹੈ ਜਿੱਥੋਂ ਤੱਕ ਕਤਲ ਦਾ ਸਵਾਲ ਹੈ ਅਸੀਂ ਐਂਡ ਪੁਆਇੰਟ 'ਤੇ ਪਹੁੰਚੇ ਕਿ ਨਹੀਂ ਪਹੁੰਚੇ ਮਸਲਾ ਇਹ ਹੈ ਇੱਦਾਂ ਤਾਂ ਕਈ ਪੜਾਅ ਆਏ ਕਈ ਥਾਂ 'ਤੇ ਕਈਆਂ ਨੂੰ ਅਰੈਸਟ ਮਿਲੀ ਕਈਆਂ ਦਾ ਰਿਮਾਂਡ ਮਿਲਿਆ ਕਿਤੋਂ ਹਥਿਆਰ ਮਿਲਣ ਦੀ ਸਾਨੂੰ ਖਬਰ ਮਿਲੀ ਕੋਈ ਨਵੇਂ ਚਿਹਰੇ ਇਨਵੋਲਵ ਹੋਏ ਕਿਤੋਂ ਕੋਈ ਫੋਨ ਕਾਲਸ ਦਾ ਜ਼ਿਕਰ ਹੋਇਆ ਕਿਤੇ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਰਿਸਪਾਂਸੀਬਿਲਟੀ ਲੈਣ ਦਾ ਜ਼ਿਕਰ ਹੋਇਆ ਮੈਂ ਇਹੀ ਕਹਿ ਰਿਹਾ ਐਂਡ ਵਿੱਚ ਕੀ ਹੋਣਾ ਪਬਲਿਕ ਨੂੰ ਉਹ ਵੀ ਨਹੀਂ ਪਤਾ ਲੱਗਣਾ ਬਸ ਇੱਕ ਕੇਸ ਹੈ ਉਹ ਕੇਸ ਹੋ ਸਕਦਾ ਸੋਲਵ ਹੋ ਜਾਵੇ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਇਸ ਵਕਤ ਔਰ ਉਸ ਪ੍ਰੈਸ਼ਰ ਦੇ ਤਹਿਤ ਹੀ ਇਹ ਸਾਰੀ ਕਾਰਵਾਈ ਹੁੰਦੀ ਪਈ ਆ ਔਰ ਅਸੀਂ ਜੋ ਪਿਛੋਕੜ ਹੈ ਜੋ ਐਕਸਪੀਰੀਅੰਸ ਆ ਜੋ ਹੋ ਚੁੱਕਾ ਹੈ ਉਹਦੇ ਵਿੱਚ ਅਸੀਂ ਜੇ ਜਾ ਕੇ ਦੇਖੀਏ ਬਹੁਤ ਘੱਟ ਐਸੇ ਕੇਸਿਸ ਹੁੰਦੇ ਜਿਸ 'ਚ ਸਾਰੀ ਕੜੀ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਅਸਲ ਵਿੱਚ ਗੱਲ ਹੈ ਕੀ ਸੀ ਕਿਉਂਕਿ ਇਹਦੇ ਵਿੱਚ ਕਈ ਥਾਂ ਦੇ ਉੱਤੇ ਇੱਕ ਇਹ ਵੀ ਥਿਊਰੀ
सो ये कई चीज़ा ये आदि ने कई ऑस्पैक्ट्स आते हैं। बड़े सारे देखो बड़े सारे जोड़े इदा के अणछोए तत्व भी लोग लैके आते हैं कि पोलिटिकल राइवलरी भी हो सकती है, जो हो सकता कि गैंग आपसी जब आप कहने की आपसी रंजिशा से गैंग रगड़िया गया सिद्धू मूसेवाला, बहुत कुछ हो सकता। पर प्रतक है ना कि किसी किसी माँ का पुत चला गया, किसी पे का जरा बहुत जिगर का टुकड़ा सहारा एक ही बेटा है ना चला गया, ये बहुत बड़ी गल। स्टार ऑफ इंडस्ट्री चले गया वो जिन्हें पंजाब चुनिया टिब्बे चुने से, वो कहता हमेशा कहते होंगे सके वो भी टिब्बे का पोता है। इस करके लोगों को दुख भी बहुत होंगे, तुम्हें देखा पूरे पंजाब ने वह दुख लाया भी बहुत है। गल ये है ना कि उन्होंने फादर साहब की भी जो स्टेटमेंट आई है सामने कि काफ़ी देर तो धमकियां मिलदियां पईयां सी, आपां एक बार पहला भी अपने प्रोग्राम दे विच डिस्कस कर चुके हैं कि धमकियां मिलदियां पईयां सी, फिर अथॉरिटीज़ की नज़र दे विच क्यों नहीं लैके आए इस चीज़ नूं, ये भी आपां गल कर रहे सी। तुसीं कुछ कह रहे सी, मैं कट लिया विच तुहाडा। नहीं नहीं कट, मैं सिर्फ यही गल कह रहा सी, फिर मैं लगदा कि चलो हले हुण जदों क्रिस्टल क्लीयर पिक्चर होएगी असीं उहदे बारे ते गल करांगे, फिलहाल असीं अगे वध जांदे हां। अगे वधदे हां जी, श्रोमणी अकाली दल फिर तो बंदी सिखां दा मुद्दा उठा रहा, संगरूर ज़िमनी चोणां दे विच भी उन्होंने चुकिया और कुछ माहिरे भी मानते हैं कि शायद यही उन्होंने हारन का कारण रहा। और जो पंजाब दी इलेक्शन हुई सी उदो मुद्दे डिफरेंट से, हुण मुद्दा थोड़ा अलग चुकिया है, ये मुड़ के फिर तो उन्होंने मुद्दे लैके चलते हैं। और कई बार ये भी कहा जाता है कि जो तुम पावर देखते हो श्रोमणी अकाली दल में उदो इन मुद्दों के उत्ते गल क्यों नहीं करता, जो पावर नहीं होंगे उदो इन सारे मुद्दों क्यों याद करता है। सियासी ग्राउंड गवा चुके हैं श्रोमणी अकाली दल, बिल्कुल जी, हुण वो कितना कितने अपनी सियासी जमीन बचाने के खातर ना आ जड़े प्रदर्शन ड्रामे जड़े ने वो करने उन्होंने शुरू कर दते ने। जदों जदों सियासी जमीन खिसकती नज़र आती ना किसी भी नेता वो फिर दुनिया दे विच जड़े चजदे कह लिए कि मुद्दे होंगे ना उन्होंने उत्ते गल करनी शुरू कर दिंदा, बिल्कुल, क्योंकि कहिंदे हुंदे ना कि जदों एट द एंड उही चीज़ां काम आउणियां जिहड़ियां चंगियां ने, चाहे वह एंड जदों आपां जिंदगी दा अखीर देखदे हां, चाहे किसी के पोलीटिकल करियर का अखीर देखते हैं, या फिर जो स्कूल पास किया हों कॉलेज पास किया हों अखीर के पेपर होंगे ना वो उदो ही काम चीज़ा आदि चंगी होंगे, फैक्ट्स फैक्ट्स काम आते हैं, चंगी चीज़ा काम आदि। बिल्कुल, श्रोमणी अकाली दल जो सत्ता बड़ी चर भोगी है उन्हें पंजाब की, उदो शायद उन्होंने बंदी सिंह शायद देखते ही नहीं, क्योंकि उदो काम होर ही बहुत सके। मैं कह दूंगा कि रेत माफिया के उत्ते नत्थ पाउण फिरदे सी उह, उस करके बेचारे बड़े बिजी सीगे, पाई भी उन्होंने तो फिर उस तो बाद असीं गल कर लैने बेरोज़गारी, तो उन्होंने बड़ी नत्थ पाई सी, बड़ा सोहना माहौल, एजुकेशन के उत्ते बड़ा सोहना काम किया, ट्रांसपोर्ट के उत्ते उन्होंने बड़ा काम किया, पर प्राइवेट ट्रांसपोर्टा तो सेहत सहूलतों पर भी उन्होंने को मुद्दे जोड़े से कि पंजाब एक क्योंकि वो धार्मिक पार्टी आप कहने पंजाब आँदी है। हालांकि एक दिन पहले मैं किसी ने इंटरव्यू कर रहा से अपने चैनल के उत्ते, वो कहता कि बंदी सिंघा की क्यों, सारे सिंह की रिहाई की गल करो जोड़े कट चुके हैं, सारे की रिहाई की गल करो जोड़े अपनी सजावं भुगत चुके हैं, एक थोड़े ते भी फिर वो कहते भी प्रैशर ना बनूगा ना भी एक आप सर्वत के भले की गल कर लें। पर जो मैं फिर वो कहा मैं भी श्रोमणी अकाली दल जो जो तुम उन्हों का पिछला इतिहास वेखो वो पार्टी एक धर्म धार्मिक पार्टी निकली है, बिल्कुल धर्म तो ही निकली है ना पार्टी। एक ग्रुप तो आप कह लिए कि निकलती है पंथक कमेटी सी, हाले भी माझे दे विच जदों बेअदबियां नहीं हुई सी तो माझे तो पुछो तुसीं जाके किसी नूं कि तुसीं वोट कहनूं पाउणी, उह कहिंदे जी पंथक पार्टी आपां तां पंथ दे नाल पाउणी है। हुण थोड़ा जदों तो बेअदबी हुई तो माहौल चेंज हो गया तो फिर लोग जिहड़े ने उह नवें ऑप्शन जिहड़े ने उह लभणे शुरू कर दित्ते। हालांकि अज दी जिहड़ी गल करां उन्होंने अमित शाह दे नाल उत्थे बाहर मीडिया दे सामणे मूंह तू मैं भी की मूँह तो मूँह गल की उन्होंने उत्ते जंतर मंत्र के उत्ते खड़ के फोटो भी खिचाई है। मैं धरना तो नहीं उन्होंने कहूँगा ना प्रदर्शन कहूँगा, क्योंकि प्रदर्शन तो फिर तुम यह कि जो तुम डट गए हैं ना तो फिर वो अपनी सारिया सोफे वाली ट्रैक्टर वाली सीटा नहीं उत्थे काम आनी, क्योंकि देखो जो तुम निकलते हैं ना जी जी चाहे वो कोई भी प्रदर्शन देख लीए, चाहे असी अन्ना हज़ारे वाला लोकपाल बिल वाला प्रश देख लीए, वो तुहानू डट के रहना पैंदा है। तुसी इदा नहीं भी तुसी दो दिन फोटो खिचा ली खड़ के मियां आदमी ने ना, ये तो ईवेंट है, ये ईवेंट कर लोगों को भी पता भी तुसी सियासी ग्राउंड बचाने फिरते हैं, पहला तो तुहानू कदी चेता नहीं आया। मैं एक बार पहला भी अपने डिस्कशन च गल की थी कि जिहड़ा चेता नहीं आया उसनू मैं किस तरह लवांगा कि दो बारी दी लगातार जेतू पार्टी 10 साल इकट्ठे राज करना, ठीक है, जो सैकेंड टर्म आउंदी है उदो ये माफियाज उदो इंट्रोड्यूस होने शुरू होंदे ने, पहले टर्म च इन्ना नहीं है क्योंकि पहले नहीं। देखो ये माफिया तुसी किस माफिया नूं कहिंदे आ, ये भी बहुत देखने वाली गल है ना, देखो क्योंकि संजीव जी ये माफिया 90 दे दशक तो शुरू हो गया सीगा उदो, मतलब इन्ना स्ट्रांग ये कहो कि इन्हां दी पारी आ रहे होया ना, इन्होंने पहला भी पारियां लईयां आ, इन्होंने कांग्रेस ने भी लईयां आ, माफिया ये नहीं कि इन्हां दी सरकार दे टाइम होया, माफिया पनपदा रहा।
पर इन्हां ने किसी सरकार ने नथ नहीं पाई उन्हें एंटी सोशल एलीमेंट्स शुरू तो रहे पर कितने ना कितने जो सारिया जिन्हों पर कहने ना एनालिसिस करने वाले बैठे ने जो पोलिटिकल एनालिस्ट बैठे ने वो कितने ना कितने इस गल दे उत्ते जोर देंदे ने कि जो श्रोमणी अकाली दल की सैकेंड टर्म सीगी उहदे च इह गल ज़्यादा पावरफुली उजागर होई और काफ़ी मतलब जिन्हों कहने ना जिन्हों फील किया महसूस किया पब्लिक ने कि वाकई एग्जिस्ट करता है माफिया ये सैकेंड टर्म ज़्यादा जो एनालिसिस करने वाले कहते हैं खैर ये डिफरेंट गल हो गई आप मुड़ के उत्थे ही आने कि जो बंदी सिखां का मुद्दा कि जो भी ये पावर च रहिंदे ने उदों ये पंजाब के मुद्दे की गल उन्हें नहीं करते तुसीं बिल्कुल ठीक है जो पावर च नहीं रहिंदे उदों ये गल करदे ने क्योंकि उदों चज की गल करन की लोड़ पैंदी है लोगों का ध्यान आकर्षित करने की लोड़ पैंदी है क्योंकि असीं जो देखते हैं कि श्रोमणी अकाली दल पब्लिक की सोच का हिस्सा रहा है कि नहीं रहा पब्लिक इसकी परवाह करती है कि नहीं करती जिवें पहला करती सी पंथक कमेटी है पंथ दी राह चलती है वो राह छड़ दिता वो पहचान छड़ दिती हुण वो अपनी पहचान गवा बैठे ने हुण इस पहचान दोबारा हासिल करने वास्ते जो हुण इलैक्शनस होईयां सी उहदे च वड्डे बादल साहब नूं खड़ा किया गया कि शायद पब्लिक नूं एक सोचण दा मौका मिले रुझान बने शायद उधर सोच डाइवर्ट होवे लोकां दी पर वो नहीं हो सकी और वड्डे बादल साहब भी हार गए पांच वारी दे जेतू CM सो कुल मिला के जो स्थिति यही है कि ग्राउंड नहीं है सबनों पता है खोखलियाँ गल्लां ने सबनों पता है और जो भी कोई ऐसे कानून बनाने की या इदा की कोई रिपोर्ट्स लागू करने की गल आती है जिद जो मोदी परिवार है श्रोमणी अकाली दल का उन्होंने लगता है कि मेरे हथों पावर खुसन लगी है उदो कोई ना कोई गल करके उस चीज़ को स्टॉप कर दिता जाता है जो कितना कितने उन्होंने जो पावर है उन्होंने चैलेंज करती चुनौती देती है सो ये सारे असं जानते हैं कि जो ये बंदी सिखा की गल हो रही है फिलहाल होर कोई गल करने वास्ते है नहीं इन्हों को इस करके गल कर नहीं गलों तो बहुत इन्होंने को पिछे पिछड़ जो भी इन्होंने कहेंगे से भी असी वो करना है जोड़ा जंगलात कट्टिया जाना है जी वो उत्ते कहें असी गल करनी मतेवाड़ा मतेवाड़े उत्ते फिर वो खत्म हो गया मुद्दा वो फिर उन्होंने मुद्दा नहीं लभ्या फिर कहें जी असी सिद्धू मूसेवाले तो जोड़ा बैन होया गीत कन्वर गरेवाल का रिहाई गीत जोड़ा बैन करता है असी उन्होंने दोनों उत्ते गल करनी है वो भी इतनी की हूँ तीसरा ये फड़ लिया हूँ देखते कितने कि लम्मा जाता जो तक इन दिखेगा कि इतों फायदा हो सकता उदों तक जाएगा गल उही है ना कि जो तक इन्होंने लगता कि असं लाइमलाइट रह सकते हैं खबर च रह सकते हैं फिर वो फड़ लेंगे मसला हाँ वो फसला फड़ लेंगे ने और जो देखते हैं कि नहीं नहीं इस देते कुछ नहीं हो सकता जस्ट लाइक TRP TRP ਇਹਦੇ ਉੱਤੇ ਕਾਇਮ ਰਹਿ ਸਕਦੀ ਹੈ ਤਾਂ ਤੁਹਾਨੂੰ ਜ਼ਿਆਦਾ ਪਤਾ TRP ਸਿਸਟਮ ਦਾ ਸਾਨੂੰ ਕਿੱਥੇ ਪਤਾ ਆਪਾਂ ਅੱਗੇ ਵਧਦੇ ਹਾਂ ਅੱਗੇ ਵਧਦੇ ਹਾਂ ਔਰ ਪ੍ਰੋਫੈਸਰ ਪੁੱਲਰ ਦੀ ਰਿਹਾਈ ਦੀ ਵੀ ਗੱਲ ਕਰ ਹੀ ਲਈਏ ਕਿਉਂਕਿ ਨਾਲ ਜੁੜਦੀ ਇੱਕੋ ਤਰ੍ਹਾਂ ਦੀ ਖਬਰ ਹੈ ਵਾਕੇ ਵਾਕੇ ਤਾਂ ਹਾਈ ਕੋਰਟ ਕਾਫੀ ਸਖਤ ਹੋਈ ਹੈ ਦਿੱਲੀ ਗਵਰਨਮੈਂਟ ਦੇ ਉੱਤੇ ਕਿ ਸਾਡੀਆਂ ਹਦਾਇਤਾਂ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਜਦੋਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਰਿਹਾਈ ਦੇ ਉੱਤੇ ਤੁਸੀਂ ਕਿਉਂ ਨਹੀਂ ਮੰਨਦੇ ਉਸ ਗੱਲ ਨੂੰ ਔਰ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਦਿੱਲੀ ਗਵਰਨਮੈਂਟ ਕੋਲ ਨਹੀਂ ਦਿੱਲੀ ਹਾਈ ਕੋਰਟ ਨੇ ਨਹੀਂ ਮੰਗਿਆ दरअसल पंजाबी रौला पाते हैं ना भी हुण जिहड़े बंदी सिंह हो गए पंजाब सरकार भी कहिंदी सी असीं गल करांगे वो कहिंदे जी गल तो करो हुण भई तुहाडी हुण सरकार दिल्ली भी आ तुहाडी सरकार हुण पंजाब च भी आ ते पंजाब वाले ने फिर जदों गल कीती आ ते हाई कोर्ट ने सही कह दिता भी सानूं कोई इतराज़ नहीं आ ते इस दे नाल असीं बाबत इस बाबत लैटर जिहड़ा आ ਉਹ ਅਸੀਂ ਪਹਿਲਾਂ ਹੀ ਦਿੱਲੀ ਸਰਕਾਰ ਨੂੰ ਭੇਜ ਸਕੇ ਹਾਂ ਪਰ ਹੁਣ ਦਿੱਲੀ ਸਰਕਾਰ ਬਹਾਨੇ ਲਾਉਂਦੀ ਆ ਕਿ ਜਿਹੜਾ ਆ ਸਟੇਟਸ ਬਿਊਰੋ ਕੋਲ ਆ ਜਿਹਨੂੰ ਅਸੀਂ ਕਹਿੰਦੇ ਹਾਂ SRB ਉਹਨਾਂ ਦੇ ਕੋਲ ਕਹਿੰਦੇ ਜੀ ਰਿਪੋਰਟ ਪਈ ਆ ਕਿਤਨਾ ਕਿਤੇ ਨਾ ਇਹ ਵੀ ਪਿੱਛੇ ਜਿਹੇ ਗੱਲ ਉੱਠੀ ਸੀ ਕਿ ਕੋਰਟਸ ਇਸ ਗੱਲ ਦੇ ਉੱਤੇ ਇਤਰਾਜ਼ ਕਰਦੀਆਂ ਨੇ ਸੁਪਰੀਮ ਕੋਰਟ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਜੋ ਅਸੀਂ ਫੈਸਲੇ ਦਿੰਦੇ ਹਾਂ ਉਹ ਲਾਗੂ ਕਿਉਂ ਨਹੀਂ ਕਰਦੇ ਫਿਰ ਸਾਡੇ ਕੋਲ ਤੁਸੀਂ ਆਉਂਦੇ ਕੀ ਕਰਨ ਹੋ ਔਰ ਕਿਤੇ ਨਾ ਕਿਤੇ ਜਵਾਬਦੇਹੀ ਹੁੰਦੀ ਹੈ ਔਰ ਕਈ ਕੇਸਾਂ 'ਚ ਹੋਈ ਵੀ ਹੈ ਔਰ ਜਿੱਦਾਂ ਇਹ ਮਸਲਾ ਪਕ ਰਿਹਾ ਕਿਤਨਾ ਕਿਤੇ ਇਸ਼ਾਰਾ ਹੈ ਹਾਈ ਕੋਰਟ ਦਾ ਜੋ ਇਹ ਕਹਿ ਰਹੀ ਹੈ ਕਿ ਅਸੀਂ ਲੈਟਰ ਭੇਜ ਦਿੱਤੀ ਕਿਤਨਾ ਕਿਤੇ ਇਹ ਸੰਕੇਤ ਮਿਲ ਰਿਹਾ ਕਿ ਅਗਲਾ ਸਟੈਪ ਵੀ ਹੋ ਸਕਦਾ ਸੋ ਕੋਈ ਹੋ ਜਾਵੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ ਕਿ ਕੋਰਟ ਜਦੋਂ ਫੈਸਲਾ ਦਿੰਦੀ ਆ ਤਾਂ ਤੁਸੀਂ ਫਿਰ ਮੰਨਦੇ ਕਿਉਂ ਨਹੀਂ ਔਰ ਪੁਆਇੰਟ ਇਹ ਆ ਖੈਰਾ ਸਾਹਿਬ ਕਿ ਦਿੱਲੀ ਗਵਰਨਮੈਂਟ ਨੂੰ ਇਤਰਾਜ਼ ਕੀ ਹੋ ਸਕਦਾ ਦੇਖੋ ਪਤਾ ਨਹੀਂ ਵੀ ਇਹ ਆਪਾਂ ਨਾ ਬੜੇ ਸਾਰੇ ਲੋਕ ਕਹਿੰਦੇ ਸੀਗੇ ਵੀ ਭਾਜਪਾ ਦੀ ਬੀ ਪਾਰਟੀ ਆ ਹਾਂਜੀ ਤੁਸੀਂ ਚੰਗੇ ਵੇਲੇ ਲੈ ਲਈ ਕਿ ਮਿਲਦੀ ਜੁਲਦੀ ਖਬਰ ਸੀ ਸੁਖਬੀਰ ਬਾਦਲ ਵੀ ਅੱਜ ਯਾਦ ਕਰਵਾਉਣ ਡਿਆ ਸੀ ਕਹਿੰਦੇ ਵੀ ਜਦੋਂ ਕੈਂਪੇਨ ਹੋਣ ਡਈ ਸੀ ਪੰਜਾਬ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਬੰਦੀ ਸਿੰਘਾਂ ਦਾ ਮਸਲਾ ਉਠਾਇਆ ਜਾਊਗਾ ਅਤੇ ਬੜੇ ਜਿਹੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕਹਿੰਦੇ ਜੀ ਅਸੀਂ ਉਹਨਾਂ ਨੂੰ ਰਿਹਾਅ ਕਰ ਦੇਵਾਂਗੇ ਜਿਹੜੇ ਸਜ਼ਾ ਭੁਗਤ ਚੁੱਕੇ ਆ ਕਹਿੰਦੇ ਵੀ ਹੁਣ ਤਾਂ ਫਿਰ ਉਹ ਵੀ ਨਹੀਂ ਗੱਲ ਕਰਦੇ ਇੱਦਾਂ ਹੀ ਸੇਮ ਬੜੇ ਸਾਰੇ ਲੋਕ ਕਹਿੰਦੇ ਸੀ ਕਿ ਇਹ ਭਾਜਪਾ ਦੀ ਬੀ ਪਾਰਟੀ ਆ RSS ਦਾ ਇੱਕ ਵਿੰਗ ਆ ਕਹਿੰਦੇ ਵਿੰਗ ਆ ਹੈ ਨਾ ਹੁਣ ਫਿਰ ਸੇਮ ਉਹੀ ਚੀਜ਼ਾਂ ਦੇ ਉੱਤੇ ਸ਼ਾਇਦ ਉਹ ਕੰਮ ਕਰ ਰਹੇ ਆ
ਉਹੀ ਗੱਲਾਂ ਦੇ ਉੱਤੇ ਨਿਕਲ ਰਿਹਾ। ਮੈਨੂੰ ਲੱਗਦਾ ਇਹੀ ਕਾਰਨ ਹੋ ਸਕਦਾ, ਹੋਰ ਤਾਂ ਕੋਈ ਪ੍ਰਤੱਖ ਕਾਰਨ ਨਹੀਂ ਹੈ। ਫਿਲਹਾਲ ਹੁਣ ਮਾਮਲਾ ਪੱਕ ਗਿਆ ਕਿ ਪ੍ਰੋਫੈਸਰ ਭੁੱਲਰ ਦੇ ਉੱਤੇ ਨੂੰ ਲੈ ਕੇ ਗੱਲ ਕੀਤੀ ਆ। 1993 ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਆਈ ਪੀ ਸੀ ਦੀ ਧਾਰਾ 302-307 ਦੇ ਥਾਂ 'ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀਗੀ। ਫਿਰ ਉਹਨਾਂ ਦੀ ਸਜ਼ਾ ਜਿਹੜੀ ਹੈ ਹਾਂ ਉਮਰ ਕੈਦ ਹਾਈਕੋਰਟ ਨੇ ਬਦਲ ਦਿੱਤੀ। ਅਤੇ ਹੁਣ ਮਤਲਬ 25-26 ਸਾਲ ਹੋ ਗਏ ਆ, ਤੁਸੀਂ ਹੁਣ ਤਾਂ ਮਤਲਬ ਰਿਹਾਅ ਕਰ ਦਿਓ, ਬਹੁਤ ਵੱਡਾ ਵੱਡਾ ਘਲਾਉਣੀ ਗੱਲ ਆ ਜੀ। ਸਾਰੀ ਜ਼ਿੰਦਗੀ ਨਿਕਲ ਗਈ ਔਰ ਉਹਨਾਂ ਦੇ ਜੋ ਘਰੋਂ ਨੇ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ। ਔਰ ਜਦੋਂ ਅਸੀਂ ਦੇਖਦੇ ਨਾ ਕਿ ਸਾਰਾ ਮਾਮਲਾ ਹੁਣ ਸੋਲਵ ਹੋਣ ਵਾਲਾ ਹੈ ਜੀ, ਕਿ ਹੁਣ ਰਿਹਾਈ ਵੱਟ 'ਤੇ ਪਈ ਹੈ, ਫਿਰ ਕੋਈ ਨਵੀਂ ਗੱਲ, ਫਿਰ ਕੋਈ ਨਵਾਂ ਪੁਆਇੰਟ, ਫਿਰ ਗੱਲ ਉੱਥੇ ਦੀ ਉੱਥੇ। ਪੋਲੀਟੀਕਲ ਵਿਲ ਦੀ ਗੱਲ ਹੈ ਨਾ, ਪੋਲੀਟੀਕਲ ਵਾਲੇ ਇਹ ਜਿਹੜੇ ਇਹ ਲੋਕ ਨੇ ਸ਼ਾਇਦ ਪਤਾ ਨਹੀਂ ਹੈ ਕੀ ਮਸਲੇ ਲੈ ਕੇ ਬੈਠੇ ਨੇ, ਜਾਂ ਚਾਹੁੰਦੇ ਹੀ ਨਹੀਂ ਹੈਗੇ ਕਿ ਇਹ ਜਿਹੜੀਆਂ ਮਸਲੇ ਨੇ ਇਹ ਹੱਲ ਹੋਣ ਜਾਂ ਇਹਨਾਂ ਮਸਲਿਆਂ ਦੇ ਉੱਤੇ ਗੱਲ ਕੀਤੀ ਜਾਵੇ। ਹੋ ਸਕਦਾ, ਪਤਾ ਨਹੀਂ ਕੋਈ ਡਰ ਹੈ ਜਾਂ ਪਤਾ ਨਹੀਂ, ਕੋਈ ਡਰ ਤਾਂ ਬਿਲਕੁਲ ਨਹੀਂ ਹੈ, ਇੱਕ ਇਹ ਹੈ ਕਿ ਮਸਲਾ ਖਤਮ ਹੋ ਜਾਣਾ, ਮਸਲਾ ਖਤਮ ਹੋ ਜਾਣਾ, ਸ਼ਾਇਦ ਇਹ ਵੀ ਗੱਲ ਹੈ। ਸੋ ਅਸੀਂ ਤਾਂ ਇਹੀ ਉਮੀਦ ਕਰਾਂਗੇ ਕਿ ਜੋ ਇਸ ਵਕਤ ਭਾਰਤ ਦਾ ਸੰਵਿਧਾਨ, ਭਾਰਤ ਦਾ ਲੋਅ ਕਹਿੰਦਾ, ਉਹਦੇ ਮੁਤਾਬਿਕ ਚੱਲਣਾ ਚਾਹੀਦਾ। ਕਿਉਂਕਿ ਲੋਅ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਹਾਈਕੋਰਟ ਦੇ ਵਿੱਚ ਡਿਸਾਈਡ ਹੋ ਚੁੱਕਾ ਹੈ। ਸੋ ਲੋਅ ਡਿਸਾਈਡਡ ਹੈ, ਸੋ ਜਦੋਂ ਲੋਅ ਡਿਸਾਈਡਡ ਹੈ ਤਾਂ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾ ਰਿਹਾ? ਇਹਦੇ ਵਾਸਤੇ ਵਾਕਈ ਹੀ ਜਵਾਬਦੇਹ ਹੈ ਗੌਰਮੈਂਟ, ਔਰ ਜੇ ਹਾਈਕੋਰਟ ਇਹਨਾਂ ਕੋਲੋਂ ਮੰਗਦਾ ਵੀ ਹੈ ਜਵਾਬ ਤਾਂ ਇਹਨੂੰ ਦੇਣਾ ਪਏਗਾ। ਔਰ ਹਾਈਕੋਰਟ ਮੰਗ ਵੀ ਲਵੇ ਤਾਂ ਕੋਈ ਗਲਤ ਗੱਲ ਥੋੜ੍ਹਾ ਹੈ, ਕਿਉਂਕਿ ਮੰਗ ਸਕਦਾ ਹੈ, ਕਿਉਂਕਿ ਆਫਟਰਆਲ ਉਹ ਇੱਕ ਜਿਹਨੂੰ ਆਪਾਂ ਕਹਿੰਦੇ ਸੰਸਥਾ ਹੈ ਜਿੱਥੇ ਸਾਰੇ ਕੇਸਾਂ ਦੇ ਨਿਬੇੜੇ ਹੁੰਦੇ ਨੇ, ਜਿੱਥੇ ਫੈਸਲੇ ਲਏ ਜਾਂਦੇ ਨੇ। ਕਿਉਂਕਿ ਆਪਣੇ ਤਿੰਨ ਵਿੰਗਸ ਹੁੰਦੇ ਨੇ ਨਾ, ਲੋਅ ਮੇਡ ਜੋ ਪਾਰਲੀਮੈਂਟ ਆ, ਲੋਅ ਡਿਸਾਈਡਡ ਕੋਰਟ ਸਭ ਤੋਂ ਲਾਸਟ 'ਚ ਆਉਂਦੀ ਹੈ, ਲੋਅ ਇੰਪਲੀਮੈਂਟਡ ਜੋ ਐਡਮਿਨਿਸਟ੍ਰੇਸ਼ਨ ਆ। ਔਰ ਜੇ ਦੋਨਾਂ ਥਾਂ ਦੇ ਉੱਤੇ ਤੁਹਾਨੂੰ ਜਸਟਿਸ ਨਹੀਂ ਮਿਲਦਾ, ਦੈਨ ਯੂ ਗੋ ਟੂ ਕੋਰਟ। ਫਿਰ ਜਦੋਂ ਕੋਰਟ ਦੇ ਵਿੱਚ ਵੀ ਜੋ ਫੈਸਲਾ ਹੁੰਦਾ ਉਹਨੂੰ ਨਹੀਂ ਮੰਨਿਆ ਜਾਂਦਾ, ਦੈਨ ਤਾਂ ਹਾਈਕੋਰਟ ਹੋਰ ਸਖਤ ਹੋ ਕੇ ਸਟੈਪ ਲੈ ਸਕਦਾ, ਉਹਨਾਂ ਕੋਲ ਜਵਾਬਦੇਹੀ ਮੰਗ ਸਕਦਾ ਕਿ ਦੱਸੋ ਗੱਲ ਕੀ ਬਣੀ, ਸਾਡੇ ਕੋਲ ਕਿਉਂ ਆਏ ਸੀ, ਸਾਡਾ ਸਮਾਂ ਕਿਉਂ ਲਿੱਤਾ ਜੇ ਸਾਡੀ ਗੱਲ ਮੰਨਣੀ ਨਹੀਂ, ਸਾਡਾ ਫੈਸਲਾ ਤੁਸੀਂ ਲਾਗੂ ਨਹੀਂ ਕਰਨਾ। ਬਿਲਕੁਲ, ਤੁਹਾਡੀ ਗੱਲ ਦਰੁਸਤ ਹੈ ਜੀ। ਜੀ ਹੁਣ ਅੱਗੇ ਚੱਲਦੇ ਹਾਂ, ਪੰਜਾਬ ਸਰਕਾਰ 'ਤੇ ਆ ਜਾਈਏ। ਆਪਾਂ ਪਹਿਲਾਂ ਵੀ ਪੰਜਾਬ ਸਰਕਾਰ 'ਤੇ ਸੀ ਮੈਨੂੰ ਲੱਗਦਾ, ਨਹੀਂ ਹੁਣ ਖਾਸ ਕਰਕੇ ਮਾਨ ਸਾਹਿਬ ਵੱਲ ਵਧਣ ਲੱਗਿਆ। ਹਾਂਜੀ, ਮਾਨ ਸਾਹਿਬ ਦੀ ਸਰਕਾਰ ਕਹਿੰਦੀ ਹੈ ਕਿ ਹੁਣ 75 ਮੁਹੱਲਾ ਕਲੀਨਿਕ ਅਗਸਤ ਤੱਕ ਪੰਜਾਬ ਦੇ ਵਿੱਚ ਸਥਾਪਿਤ ਹੋਣੇ ਨੇ, ਔਰ ਇਹ ਸਾਰਾ ਉਹੀ ਮਾਡਲ ਹੋਏਗਾ ਜਿੱਦਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕਸ ਨੇ। ਚੰਗੀ ਗੱਲ ਹੈ, ਇਹ ਤਾਂ ਚੰਗੀ ਗੱਲ। ਦੇਖੋ, ਚੰਗੀ ਗੱਲ ਤਾਂ ਹੈਗੀ ਆ। ਕਈ ਲੋਕ ਕਹਿੰਦੇ ਸੀ ਵੀ ਸਾਡੇ ਕੋਲ ਤਾਂ ਪਹਿਲਾਂ ਐਗਜ਼ਿਸਟਿੰਗ ਮਾਡਲ ਸੀਗਾ ਡਿਸਪੈਂਸਰੀਆਂ ਦਾ, ਵੀ ਨਵੀਂ ਸਰਕਾਰ ਆਈ ਆ, ਕਹਿੰਦੇ ਹੁੰਦੇ ਨਾ ਕਿ ਨਵਾਂ ਨਵਾਂ ਮਿੱਤ 'ਤੇ ਹੁਣ ਬੜਾ ਸਾਰਾ ਚਿੱਤ, ਵੀ ਬੜੀਆਂ ਚਿਰੀਆਂ ਚੀਜ਼ਾਂ ਕਰਨ ਨੂੰ ਦਿਲ ਕਰਦਾ, ਅਤੇ ਕਰ ਲੈਣ ਦਿਓ, ਜੇ ਭਲਾਈ ਹੋ ਜੂਗੀ ਤਾਂ ਚੰਗੀ ਗੱਲ ਆ, ਨਹੀਂ ਹੋਊ ਤਾਂ ਫਿਰ ਸਾਡੇ ਕੋਲ ਤਾਂ ਕ੍ਰਿਟੀਸਿਜ਼ਮ ਦੇ ਵੀ ਹੈਗਾ ਹੀ ਆ। ਸੰਤ ਚਾਹੀਦਾ, ਮੁਹੱਲਾ ਕਲੀਨਿਕ ਚਾਹੀਦਾ, ਮੁਹੱਲਾ ਕਲੀਨਿਕ ਦਾ ਮਾਡਲ ਹੋਵੇ, ਭਾਵੇਂ ਫਰਾਂਸ ਦਾ ਮਾਡਲ ਹੋਵੇ, ਫਾਇਦਾ ਹੋਣਾ ਚਾਹੀਦਾ ਸਾਡੇ ਨਾਗਰਿਕਾਂ ਨੂੰ। ਵਾਕਈ ਬਹੁਤ ਠੀਕ ਗੱਲ ਆ, ਔਰ ਮੈਨੂੰ ਲੱਗਦਾ ਕਿ ਕਰ ਲੈਣ ਦਿਓ ਉਹਨਾਂ ਨੂੰ, ਜੇ ਉਹ ਨਹੀਂ ਕਰਨਗੇ ਤਾਂ ਫਿਰ ਸਾਡੇ ਕੋਲ ਜੇ ਨਹੀਂ ਹੋਊਗਾ ਜਾਂ ਸਿਰੇ ਨਹੀਂ ਚੜੂਗਾ ਤਾਂ ਫਿਰ ਅਸੀਂ ਕ੍ਰਿਟੀਸਾਈਜ਼ ਤਾਂ ਕਰ ਹੀ ਸਕਦੇ ਹਾਂ। ਦੇਖੋ, ਗੱਲ ਇਹ ਆ ਕਿ ਮੁਹੱਲਾ ਕਲੀਨਿਕ ਮਿਲਣੇ ਚਾਹੀਦੇ ਨੇ ਪੰਜਾਬੀਆਂ ਨੂੰ, ਹਰ ਮੁਹੱਲੇ 'ਚ ਕਲੀਨਿਕ ਹੋਣਾ ਚਾਹੀਦਾ, ਫਾਇਦਾ ਹੋਣਾ ਚਾਹੀਦਾ ਸਾਰੇ ਨਾਗਰਿਕਾਂ ਦਾ, ਭਾਵੇਂ ਉਹ ਦਿੱਲੀ ਦਾ ਮਾਡਲ ਹੋਵੇ, ਭਾਵੇਂ ਫਰਾਂਸ ਦਾ ਮਾਡਲ ਹੋਵੇ, ਜਿੱਥੋਂ ਮਰਜ਼ੀ ਲੈ ਕੇ ਆਓ, ਸਾਨੂੰ ਕਲੀਨਿਕ ਚਾਹੀਦੀ ਹੈ। ਠੀਕ ਆ, ਔਰ ਇਹਦੇ ਨਾਲ ਜਿੱਦਾਂ ਬਜਟ ਦੇ ਵਿੱਚ ਵੀ ਇਹਨਾਂ ਨੇ ਸਿਹਤ ਸੁਵਿਧਾਵਾਂ ਵਾਸਤੇ ਵਧੀਆ ਬਜਟ ਰੱਖਿਆ ਹੈ, ਸਿੱਖਿਆ ਦੇ ਨਾਲ ਨਾਲ, ਚਲੋ ਇਹ ਵੀ ਵਧੀਆ ਗੱਲ ਕੀਤੀ। ਹੁਣ ਉਹ ਬਜਟ ਵਾਕਈ ਖਰਚ ਹੋਵੇ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇੱਥੇ ਭ੍ਰਿਸ਼ਟਾਚਾਰ ਨਹੀਂ। ਦੇਖੋ, ਲੱਗਦਾ ਤਾਂ ਹੈ, ਕਿਉਂਕਿ ਪਹਿਲਾਂ ਆਪਾਂ ਗੱਲ ਕਰਦੇ ਸੀ ਬਿਜਲੀ ਵਾਲਾ, ਅਗਲਿਆਂ ਨੇ ਆਉਂਦਿਆਂ ਬਿਜਲੀ ਵਾਲਾ ਪਕਾ ਦਿੱਤਾ, ਦੂਸਰੀ ਗੱਲ ਉਹਨਾਂ ਨੇ ਕੀਤੀ ਸੀ ਵੀ ਮੁਹੱਲਾ ਕਲੀਨਿਕ ਉਹ ਵੀ ਪਕਾ ਦਿੱਤੇ ਆ, ਹਾਂਜੀ, ਤੀਸਰੀ ਹਲੇ ਹਜ਼ਾਰ ਰੁਪਈਆ ਰਹਿੰਦਾ ਵੀ ਚਲੋ ਜਦੋਂ ਉਹ ਵੀ ਬੱਤੇ ਆ ਗਿਆ ਕੰਮ ਤਾਂ ਸ਼ਾਇਦ ਦੇ ਹੀ ਦੇਣ, ਬਾਕੀ ਬੇਰੁਜ਼ਗਾਰੀ ਦੇ ਉੱਤੇ ਵੀ ਤਾਂ ਕੰਮ ਕਰੀ ਜਾਣ ਡੇ ਆ। ਆਪਾਂ ਵੀ ਹੁਣ ਇੱਦਾਂ ਵੀ ਹਰ ਸਮੇਂ ਉਹਨਾਂ ਨਾਲ ਕਹਿੰਦੇ ਹੁੰਦੇ ਨਾ ਵੀ ਕੀੜਾ ਕੱਢਦੇ ਰਹੀਏ, ਉਹ ਵੀ ਚੰਗੀ ਗੱਲ ਨਹੀਂ ਹੈਗੀ। ਗੱਲ ਇਹ ਨਾ ਕਿ ਨਹੀਂ ਨਹੀਂ ਕੀੜਾ ਕੱਢਣ ਵਾਲੀ ਤਾਂ ਗੱਲ ਨਹੀਂ, ਗੱਲ ਇਹ ਆ ਕਿ ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਅਰਥਚਾਰੇ ਦੀ ਹਾਲਤ ਮਾੜੀ ਆ, ਤਾਂ ਤੁਹਾਨੂੰ ਬੜੀ ਫਾਸਟ ਕੰਮ ਕਰਨਾ ਪਏਗਾ, ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਵੇਟ ਕਰਨ ਜੀ। ਜਿਹੜਾ ਆਪਾਂ ਕਹਿੰਦੇ ਰਹਿੰਦੇ ਨਾ, ਹਲੇ ਜੁਮਾ ਜੁਮਾ 100 ਦਿਨ, ਜੁਮਾ ਜੁਮਾ 3 ਮਹੀਨੇ, ਜੁਮਾ ਜੁਮਾ। ਪਰ ਦੇਖੋ ਨਾ ਸੰਜੀਵ ਜੀ, ਤੁਸੀਂ ਇੱਕ ਬੰਦੇ ਤੋਂ ਤਾਂ ਤੁਸੀਂ ਲਾ ਲੈਂਦੇ ਹੋ ਅੰਦਾਜ਼ਾ, ਪਿੱਛੋਂ ਵਾਲੀ ਗੱਲ ਤਾਂ ਮੈਂ ਰੱਖਦਾ ਹੀ ਨਹੀਂ। ਮੈਂ ਕਹਿ ਰਿਹਾ ਕਿ ਸਪੀਡ ਚਾਹੀਦੀ ਆ, ਮੈਂ ਉਹੀ ਕਹਿ ਰਿਹਾ ਵੀ ਸਪੀਡ ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ ਤੁਸੀਂ ਹੁਣ ਮੋਟਰਸਾਈਕਲ 'ਤੇ ਆਉਣ ਡਏ ਆ, ਮੀਂਹ ਪੈਣ ਡਿਆ ਆ, ਵਿੱਚ ਖੱਡੇ ਹੀ ਖੱਡੇ ਆ, ਤੁਹਾਨੂੰ ਹੌਲੀ ਹੌਲੀ ਤਾਂ ਆਉਣਾ ਹੀ ਪੈਣਾ, ਇਹਦੇ 'ਚ ਕੋਈ ਖਤਰਾ ਤਾਂ ਨਹੀਂ ਨਾ। ਨਹੀਂ ਹੁਣ ਇਹ ਤਾਂ ਵਿਚਾਰਿਆਂ ਦੇ ਸਾਹਮਣੇ ਤਾਂ ਕਹਿੰਦੇ ਨਾ ਵੀ ਇੱਧਰ ਵੀ ਟੋਆ ਅਤੇ ਇੱਧਰ ਵੀ ਟੋਆ, ਗੱਭੇ ਖੜੀ ਸਰਕਾਰ। ਗੱਲ ਇਹ ਹੈ ਖਹਿਰਾ ਸਾਹਿਬ ਕਿ ਟੋਏ ਵਾਲੀ ਗੱਲ ਤੁਸੀਂ ਬਿਲਕੁਲ ਠੀਕ ਕਹੀ, ਮੈਂ ਇਹ ਕਹਿ ਰਿਹਾ ਕਿ ਜਦੋਂ ਬਜਟ ਆ ਚੁੱਕਾ ਹੈ ਤਾਂ ਅਜੇ ਤੱਕ ਤੁਹਾਡੇ ਕੋਲ ਐਗਰੀਕਲਚਰ ਪੋਲਿਸੀ ਨਹੀਂ ਹੈ, ਇੰਡਸਟਰੀਅਲ ਪੋਲਿਸੀ ਨਹੀਂ ਹੈ, ਤੁਹਾਡੇ ਕੋਲ ਕੋਈ ਪੋਲਿਸੀ ਨਹੀਂ। ਪੋਲਿਸੀ ਤਾਂ ਕਮ ਸੇ ਕਮ ਹੋਣੀ ਚਾਹੀਦੀ, ਉਹ ਤਾਂ ਪੇਪਰ ਵਰਕ ਹੈ, 4 ਮਹੀਨੇ ਦੇ ਵਿੱਚ ਤਾਂ ਤੁਸੀਂ ਕਰ ਲਓ ਨਾ। ਤੁਸੀਂ ਇਗਜ਼ਾਮ ਦੇਣ ਜਾਂਦੇ ਹੋ, ਘਰੋਂ ਤਿਆਰੀ ਕਰਕੇ ਜਾਂਦੇ ਹੋ ਨਾ, ਹੁਣ ਤੁਸੀਂ
बट स्ट्रैटेजी की है करना की है तो दसो ठीक चलो मैं लगता है कि बड़े सारे काम हो भी रहे हैं एग्रीकल्चर पॉलिसी जी है उसके भी शायद फ्रेम करना शुरू कर देंगे वो मिसिंग है पर थोड़ी चीज़ें चलो मिसिंग भी है भी चलो इन उत्ते ध्यान देने की तो लड़ है बहुत लड़ है क्योंकि साडा ना जो पंजाब का सूबा है ही एग्रीकल्चर उत्ते बेस्ड सो पहली पॉलिसी यही चाहिए है दूजी जो एग्रो बेस्ड इंडस्ट्री है दूजी पॉलिसी नालों चाहिए है हुण जे सिक्ख्या दे खेतर दे उत्ते और सेहत दे खेतर दे उत्ते तुसी गल कर रहे हो ठीक है बजट रिलीज़ कर रहे हो लेकिन स्टिल तुहाडे कोल हजे पॉलिसी नहीं है तुसी हजे दिल्ली दे मॉडल की गल करते हो जो सेहत की भी गल करते हो तुसी सिक्ख्या की भी गल करते हो तुसी कहिंदे हो नॉलेज शेयरिंग का असी MOU साइन किया ओके किया बट स्टेट दे कोल ते एक पॉलिसी होनी चाहिए है ना वो तुहाडे कोल हजे मिसिंग आ क्योंकि दिल्ली दे जिहड़ियां हालात ने वो होर ने और पंजाब दे हालात होर ने और रिमोट एरिए जाके देखो पिंडा च जाके देखो उत्थे सिक्ख्या का की हाल है सेहत सुविधाओं का की हाल है सानू बहुत कुछ उन्हां दे मुताबिक करना पवेगा सो ये चीज़ा ने इस करके पॉलिसी जरूर चाहिए है सो हुण आपां चलते हाँ जी बैंस साहब सिमरजीत बैंस जेल च ने और मामले चलते पे ने उन्हां ते जबर जनाह का भी चलता पिया और भी कई मसले खड़े हो रहे हैं नहीं जबर जनाह वाला तो मामला खत्म हो गया उन्होंने सज़ा भी न्यायिक हिरासत भेज दिता गया आ 15 दिनों की न्यायिक हिरासत है देखो हूँ अगों की होंगे मामला चल रहा है अभी तो डिसाइड नहीं होया अभी तो होना है वाकई मतलब यह है कि अबाउट टू डिसाइड है 15 दिन बाद बाहर आएंगे तो फिर वो मिल जानी है अभी तो कोर्ट ने अपना काम करना है चलो खैर वो अगली गल होएगी पर जो विचली गल है कि लुधियाना जेल च है तो वो कह रहे हैं कि उत्थे उन्होंने जान को खतरा है कुछ इदा दल्ला हूँ अच्छा मैं उही आप पहला ऑफ द कैमरा भी गल करते भी लुधियाना जेल खतरा कहें उन्हें पटियाले वाली घल दो कि उत्थे हुण बाबा हो गए दलेर मेहंदी साहब हो गए मजीठिया साहब हो गए सिद्धू साहब हो गए चल ये भी उत्थे चले जाएंगे सारे सेलिब्रिटीज एक मिला दा उत्थों वक्खरा बैंक बन के आऊगा बाहर सेलिब्रिटीज दा पर देखो ये जिहड़ा कोई भी VIP अंदर जाता ना जेल दे ये कहिंदा जी मैनूं जेल तो खतरा बई आ जिहड़े जेल च गए हुए इन्हां किसे तो खतरा नहीं ये लोग नहीं कि उत्थे तुसीं जिहड़ा भी VIP पहला मजीठिया साहब ने बड़ा रौला पाया मैनूं बड़ा खतरा है मैं तो लुट हो गई मर गई हुण सेम तर्ज दे उत्ते इह है भाई जेलां तुहाडियां बनाईआं होईआं तुसीं मिनिस्टर बंदे विचारे उह गए होए आ फिर तुहानूं खतरे आ इह तां फिर उही गल आ वी हुण घर तों खतरा तां फिर कित्थे ना अटके जाईए देखो वैसे तो प्रशासन के उत्ते भी गल आ जाती है कि ये जो कंप्लेंट हो रही है मजीठिया साहब की तुसीं गल कीती है हुण बैंस साहब कह रहे हैं गल ये बहुत वड्डा सवालिया निशान है कि क्यों ये गल की जा रही है इन्हां दे वकील साहब इन्हां कहिंदे ने कहण वास्ते ताकि उस ग्राउंड बना के हाई कोर्ट दे विच बिल्कुल सही गल कर दित्ती भी वकील साहब बड़े सारे इन्हां नूं तंत्र मंत्र दिंदे आ पहला कहिंदे भी तुसीं VIP पर्सनैलिटी आ तुसीं कह दो भी मैनूं आ फैलानी जेल च खतरा आ वह कहें जी फिर आप ही रिव्यू करे तो तुम कहने के नहीं जी इन्हों हाउस अरैसट से रख दो हाउस अरैसट से रख दो विचों मुद्दे कुछ होर हाँ तो वह कई बार कहें भी इदा करो भी कहो मेरे मैं ठीक नहीं हाँ मेरा तो ढिड दुखदा तो मेरा लक दुखदा तो मैं फलाना कर दो वो फिर कहें भी चलो इन्हू हूँ मैडिकल एग्जामीनेशन रखते हैं भी 7 दिन हस्पताल लाएगा हूँ जुम्मा 14 दिन की न्यायिक हिरासत हो 7-8 दिन तुम हस्पताल लाए हो तो फिर तुम्हें की फर्क आ ये चीज़ा जड़िया ने पैंतरे है वो बिल्कुल लॉ पॉइंट्स ने जो रखते हैं बट मसले तो यह भी ने ना हम वेरका वाला केस भी नाल और नाल वो केबल माफिया का केस भी कई होर मसले खड़े हो रहे हैं ये भी नाल उन्होंने भुगतना पै रहा एक ना मैंटल प्रैशर तो होंगे ही है सही देखो जो तुम ना एक पता नहीं मैं लगता रीत ही आ कभी नोटिस करो कि एक ना हाई प्रोफाइल कोई रेप का केस आ जाए मतलब माफ करना हाई प्रोफाइल कह रहे हैं कि एक एक केस में तूल मिल जाए उतो बाद बड़े सारे केस निकल जाते बड़े सारे केस इदा ही किसी लीडर के उत्ते एक केस पै जाए उद भी बड़े केस निकलने शुरू हो जाते हैं मैंने नहीं समझना आता कि पोलीटिकल पहले तुम सुते होंगे आ वेरका वाला केस कदों का आ रेत माफिया वाला माफ करना केबल माफिया वाला केस कितना पुराना वो लटकते रहे हूँ फिर दोबारा तो उन्होंने सुनवाइया होनी शुरू हो गई या गल है कि वो कहते फिर जिदा होंगे ना भी आए हुए मक्के हुण 2-4 होर मसीतां वेख ही चली गए वो मैनूं लगदा सरकार भी इदां करदी आ भी इहदे दूसरे केस उस भी कढ लो जिहड़े आए होए आ हुण इह चलो बिजी रख्या जावे खैर असीं तां इही कहांगे कि जेलां दे प्रशासन दे उत्ते कोई इदां दी गल ना आवे और वाकई जे किते कोई सुरक्षा दे विच कोई कमी है या कोई स्टाफ दे विच कमी है कोई टैक्निकलिटी च कोई कमी है वो सारियां सरकार देखे दूर करे कि बैंस साहब नूं इह डर क्यों लगदा पिया उहनां दा डर किवें दूर कीता जाए सो ये गल्लां जरूरी ने देखनियां जेल प्रशासन होर स्ट्रोंग किया जाए वाकई सो एक कल दी भी खबर सी जो प्रशासन नूं स्ट्रोंग करन दी गल सी कि कदी ते जेल दे विच कैदियां कोलों मोबाइल मिलदे ने
कभी नशे की गल हों डोप टैसट होने चाहिए ने कैदियों के ये भी गल मान सरकार वालों हो रही है जो डोप टैसट किए रिपोर्ट मंगी सी थोड़ी तीन दिन पहलों की गल हाँ जी कहते जी 40% तो भी ज़्यादा जो कैदी अंदर ने वो सारे ड्रग अडिक्टेड ने ड्रग अडिक्ट और हैरानी वाली गल तो यह भी जो पहला कुछ खाते नहीं वो भी अंदर जाके खाने लग पे और एक जेल के प्रशासन के को पता ही नहीं उन्होंने भी इन का स्टेटस की है भी ड्रग लेंगे कि नहीं लेंगे सो एक गल यह कि पंजाब दी जेलों सुधार घर तो ज़्यादा बिगाड़ घर वाला तुर पईयां ने यह भी वड्डी वड्डी गल है गल है ना कि देखो जी अंदरों नशे मिलते हैं यदा मतलब यह है कि एडमिनिस्ट्रेशन का कोई ना कोई बंदा इन्वॉल्व है उन्होंने इन्वॉल्वमेंट तो बिना इदा तो नहीं हो सकता कि नशे अंदर पहुँच जाए जी ठीक है ना दूजी गल यह है कि जोड़े नशे सप्लाई करते हैं उन्होंने एक रेडी मार्केट मिल रही है अंदर क्योंकि जेल के जोड़े बंदे ने रेडी मार्केट है बाहर तो लभने पैणगे उत्तर लभे लभाए ने अंदर नैटवर्क है कितने ना कि सप्लाई हो जाएंगे अंदर जी अंदर अंदर खाते ये भी चीज़ा ने तीजी गल यह होंगी कि उन्होंने पेमेंट्स किदा होंदिया ने फिर नशे तो आ गए अंदर नशे चले गए खरीदने वाले ने खरीद लिया लेकिन जोड़ा नशा सप्लाई करता है जोड़ा सौदागर है नशिया का उन्होंने पेमेंट चाहिए और पेमेंट किदा पहुँचती है किस मोड पहुँचती है जी तुम हिसाब ला सकते हो कि किमें हों फिर बहुत व्डा नैटवर्क है ये वास्ते तो मेरे ख्याल PhD करनी पेगी तो जाके खुलेगा और गल तो बिल्कुल सीधी पदरी है उ मैं जो बॉटम लाइन दस रहा कि जे ऐसा है तो जो प्रशासन विच बैठे ने जो लोग ऑफिसर्स ने जो वड़ी वड़ी कुर्सियां ते बैठे ने उन्हां विच कोई ना कोई इनवॉल्व जरूर होएगा क्योंकि बिना उहदी इनवॉल्वमेंट तो पॉसिबल ही नहीं है। अच्छा संजीव जी एक गल चलो आप जाते हैं भी कर लेने तुम मान सरकार की बड़ी गल करते हो आ जी गल कहते भी मान सरकार भगवंत मान जी के घटे ही हक आता इतने की कहना घट ही हक ने ज़्यादा हक कितने ने यह मैं यही पूछ रहा भी तुम की सोचते मेरे तो सवाल पूछ लग पे नहीं गल है ना नहीं मैं थोड़ा इशारा समझ रहा हक तो देखो हमेशा जेडे भी शुरू तो भी रहे ने रिप्रजेंटेटिव तो होंगे ही ने नुमाइंदे तो होंगे ही ने पब्लिक के हम पिछों डोर कितने है और जो पुराना समा से मीडिया इन्ना स्ट्रोंग नहीं सीगा वो डोर उदो भी कितने पिछे ही होंगे सी और डोर लुकिया रहा चलो पर अज जोर ने ना वो मीडिया उजागर कर देता है हूँ सानू सब पता है मान साहब की डोर कितने है पतंग कितों उड़ाई जाती है किन्नी डोर ढिली छड़नी है और किन्नी टीसी लानी पतंग किन्नी खिचा मारना वह मैं अब बड़ा खुश हाँ कि तुम वधिया जवाब दे दिता अभी जो मंगते सी वही जवाब आया सानू फिलहाल फिर हम चलीए बिल्कुल चलीए और तुम भी अपनी सेहत का ख्याल रखो बिल्कुल फिट हो जाओ नहीं तुम कहने सुड़का पिला तो पिला दो फिर अज ठीक है तुम्हें काढ़ा पिला दें चंगा जी अभी चलते हैं काढ़ा बहुत मशहूर है ना चंगा अभी चलते हैं तुम देखते रहो पंजाब मेल USA TV सत श्री अकाल।